हेलो जी, नमस्ते, सत श्री अकाल आदाब जी। थोड़ा सारे का स्वागत कर दिया मैं अपने ब्लॉग चैनल जिहदा नाम है तिशम ब्लॉग। अज तुसीं देखदे ही होने जिदा कार दा डोर ओपन है ते हुण असीं चले आ। मैं तुहानूं अज दिखाउणा चाहुंदी हां कि इत्थे फगवाड़े ना टिक्की वाले बहुत फेमस आ। मतलब उहनां दी ऑलर टिक्की तां बस ऑसम ही आ। मतलब तुसीं इक वारी खाओगे तो रह नहीं होना। ते हुण देखदे आ जे अगर सानूं उह मिल जांदे आ, क्योंकि असीं ऑलरेडी लेट हो गए हां। जे तो उत्थे होंगे तो फिर मैं जरूर तुहानूं दिखावांगी, नहीं तो फिर किसे होर कम क्यों आउणी आ। तो चलो चलते हैं। हाँ जी, यदि मैं अगर लोकेशन की गल करा तो ये बंगा रोड से होंगी आगरा टिक्की वाले। तो एक्चुअली ये ना तुहानू लभन भी औखा नहीं होगा, क्योंकि बंगा रोड से उत्ते जिहड़े एरिए सारे शोरूम्स है वड्डे वड्डे ना, वधिया मॉडर्न वाले दे बिल्कुल अपोजिट उत्ते ही मेन बाजार नूं रस्ता जांदा है। तो उत्ते ही है ये सा, मतलब ये नाल ही गोलगप्पिया वाला भी है, पर अज तो मैं तुहानू टिक्कियां वाले कोल ही लैके चलांगी। तो उत्ते आपां फिर किसी दिन चल चलांगे। तो बस मैं तुहानू यही दसना चाहती थी कि तुसीं इत्थे जाना चाहो तो तुहानू लभना औखा नहीं होगा। बंगा रोड से ना मॉडर्न वाले दे जिथे है फुटवेयर स्टोर है, बस उहदे सामने ही है। मतलब उहदे हल्का जिहा तुहानू पता लग जाणा, मतलब उत्थे क्राउड भी एवरी टाइम रहिंदा ही है। तो चलो असीं बस पहुँचने वाले ही हाँ, थोड़ा ही टाइम लगना। लैट्स गो। लाओ जी, असीं हुण टर्न लैणा आ लैफ्ट टर्न बंगा रोड नूं, क्योंकि असीं जलंधर वाले हाईवे ते, जिहड़ा जलंधर तों लुधियाना जांदा है। अगर तुसीं उस साइड तों आउंदे हो तां तुहानूं राइट टर्न लैणा पैणा। बस आ इत्थे सैमसंग मनजीत स्टोर है, इहदे तों ही बस असीं टर्न लै लैणा। ये इत्थों बंगा रोड उहदा स्टार्ट हो जांदा, पर इत्थे सारी मार्केट जिहड़ी है ना, फ्लोर मार्केट तुसीं कह सकदे हो, सारे फ्लोरस इत्थे मिलदे आ। जिदां तुसीं देखदे भी होने, अगर तुहानूं दिसदे आ, एक्चुअली नेरा हो गया। ਤਾਂ ਇੱਥੇ ਇੱਕ ਬੇਕਰਸ ਵੀ ਖੁੱਲ੍ਹੇ ਆ, ਇਹ ਵੀ ਨਵੇਂ ਖੁੱਲ੍ਹੇ ਆ ਪੰਜਾਬ ਬੇਕਰਸ। ਇੱਥੇ ਵੀ ਕਿਸੇ ਦਿਨ ਮੈਂ ਤੁਹਾਨੂੰ ਲੈ ਕੇ ਚੱਲੂੰਗੀ। ਅਤੇ ਇਹ ਵੀ ਨਿਆ ਹੀ ਸਟੋਰ ਓਪਨ ਹੋਇਆ, ਅਜੇ ਮੈਂ ਖੁਦ ਵੀ ਨਹੀਂ ਗਈ ਇੱਥੇ। ਕਿਸੇ ਦਿਨ ਟਰਾਈ ਕਰਦੇ ਹਾਂ ਕਿ ਕਿੱਦਾਂ ਦਾ ਹੈ। ਬਸ ਦੇਖਣ 'ਚ ਤਾਂ ਵਧੀਆ ਹੀ ਲੱਗਦਾ ਹੈ। ਬਸ ਇੱਥੋਂ ਅੱਗੇ ਆ ਕੇ ਹੁਣ ਤਾਂ ਸ਼ੋਪ ਵੀ ਕਲੋਜ਼ ਹੁੰਦੀਆਂ ਪਈਆਂ। ਅਤੇ ਇੱਥੇ ਵੀ ਇੱਕ ਸ਼ੋਰੂਮ ਆ ਬਹੁਤ ਵਧੀਆ, ਨਿਊ ਲੁੱਕ ਸ਼ੋਰੂਮ। ਇੱਥੇ ਵੀ ਕੱਪੜੇ ਵਧੀਆ ਕਲੈਕਸ਼ਨ ਹੁੰਦੀ ਹੈ। ਮੈਂ ਆਹ ਹੁਣ ਅੱਗੇ ਖਾਣਾ ਖਜ਼ਾਨਾ ਆ ਜਾਣਾ, ਵੀ ਫੈਮਿਲੀ ਰੈਸਟੋਰੈਂਟ ਹੈ ਬਹੁਤ ਵਧੀਆ। ਹੌਲੀ ਹੌਲੀ ਮੈਂ ਤੁਹਾਨੂੰ ਹਰ ਜਗ੍ਹਾ ਘੁਮਾਵਾਂਗੀ। ਹਜੇ ਜਿੱਥੇ ਚੱਲੇ ਹਾਂ ਪਹਿਲੇ ਉੱਥੇ ਜਾ ਕੇ ਆਉਂਦੇ ਹਾਂ, ਉੱਦਾਂ ਮੈਂ ਤੁਹਾਨੂੰ ਦੱਸਦੀ ਜਾਂਦੀ ਹਾਂ, ਕਿਉਂਕਿ ਤੁਹਾਨੂੰ ਲੱਭਣ 'ਚ ਵੀ ਕੋਈ ਪਰੇਸ਼ਾਨੀ ਨਹੀਂ ਹੋਊਗੀ। ਕੋਈ ਵੀ ਜਿੱਦਾਂ ਇੱਥੇ ਹੁਣ ਅੱਗੇ ਸਾਨੂੰ ਮੋੜ 'ਤੇ ਸਾਰੀਆਂ ਦੂਜੀਆਂ ਸ਼ੋਪਸ ਮਿਲਣੀਆਂ, ਜਿੱਦਾਂ ਦੂਜਾ ਹੋਮਵੇਅਰ ਹੁੰਦੇ ਆ ਨਾ, ਜਿੱਦਾਂ ਫਿਲਟਰ ਜਾਂ ਗੈਸ ਸਟੋਵ, ਸਾਰੇ ਇੱਦਾਂ ਦੀਆਂ। ਬਸ ਇੱਥੋਂ ਹੁਣ ਅਸੀਂ ਰਾਈਟ ਟਰਨ ਲੈਣਾ ਆ ਅੱਗੇ। ਬਸ ਆਹ ਪੂਰਾ ਰੋਡ ਸ਼ੋਰੂਮਸ ਦਾ ਹੀ ਆ, ਮਤਲਬ ਕੋਈ ਪਾਰਕਿੰਗ ਦੀ ਦਿੱਕਤ ਨਹੀਂ ਹੈ। ਹਰ ਕਿਸੇ ਦੇ ਮੂਹਰੇ ਇੱਕ ਦੋ ਕਾਰ ਦੀ ਪਾਰਕਿੰਗ ਬਣੀ ਹੈ। ਅਤੇ ਹੁਣ ਇਸ ਇੱਥੋਂ ਅਸੀਂ ਸਿੱਧਾ ਜਾਣਾ ਆ, ਬਸ ਮਾਡਰਨ ਵਾਲੇ ਹੀ ਹੈ ਮੂਹਰੇ, ਹੁਣ ਮਾਡਰਨ ਵਾਲੇ ਦੇ ਮੂਹਰੇ ਹੀ ਬਸ ਜਾਣਾ ਹੈ। ਔਰ ਅਗਰ ਮੈਂ ਤੁਸੀਂ ਦੇਖ ਲਓ, ਅਗਰ ਮਤਲਬ ਤੁਸੀਂ ਬਾਜ਼ਾਰ ਵੀ ਸ਼ੋਪਿੰਗ ਕਰਨ ਜਾਣਾ ਹੈ, ਟਿੱਕੀ ਵਾਲੇ ਦੇ ਨਾਲ ਹੀ ਇੱਕ ਬਹੁਤ ਵੱਡੀ ਪਾਰਕਿੰਗ ਬਣੀ ਹੈ। ਮਤਲਬ ਉੱਥੇ ਬਹੁਤ ਸਾਰੀ ਕਾਰਸ ਲੱਗ ਜਾਂਦੀਆਂ ਹੈ, ਔਰ ਜਿਹਨੇ ਸ਼ੋਪਿੰਗ ਕਰ ਜਾਣਾ ਉਹਨਾਂ ਲਈ ਸਪੈਸ਼ਲੀ ਬਣੀ ਹੈ, ਕਿਉਂਕਿ ਫਗਵਾੜੇ ਦੀ ਜਿਹੜੀ ਮੇਨ ਮਾਰਕੀਟ ਹੈ ਵਿੱਚ ਵਾਲੀ, ਉਹ ਥੋੜ੍ਹੀ ਟਾਈਟ ਕਰਕੇ ਨਾ ਉਹਨਾਂ ਨੇ ਉੱਥੇ ਪਾਰਕਿੰਗ ਬਣਾਤੀ ਹੈ। ਉੱਥੇ ਮੈਨੂੰ ਲੱਗਦਾ ਮੋਰ ਦੈਨ 1000 ਕਾਰਸ ਪਾਰਕ ਹੋ ਜਾਂਦੀਆਂ, ਤਾਂ ਉਹ ਵੀ ਤੁਹਾਨੂੰ ਈਜ਼ੀ ਹੈ ਕਿ ਜਦੋਂ ਵੀ ਮਾਰਕੀਟ ਜਾਣਾ। ਬਸ ਹੁਣ ਅਸੀਂ ਆਹ ਕ੍ਰੋਸ ਕਰਦੇ, ਮਹਾਰਾਜਾ ਸੰਸ ਆ ਵੀ ਇੱਕ ਚੌਂਕ ਆ, ਬਸ ਆਹ ਕ੍ਰੋਸ ਕਰਕੇ ਉੱਥੋਂ ਹੀ ਸਾਡੀ ਮੇਨ ਮਾਰਕੀਟ ਨੂੰ ਰਾਹ ਜਾਂਦਾ ਆ, ਅਤੇ ਉੱਥੇ ਹੀ ਸਾਡੀ ਡੈਸਟੀਨੇਸ਼ਨ ਵੀ ਹੈ। ਤਾਂ ਬਸ ਹੁਣ ਵਿਦਇਨ 2-3 ਸੈਕਿੰਡਸ ਅਸੀਂ ਪਹੁੰਚ ਜਾਣਾ ਹੈ। ਆਹ ਦੇਖ ਲਓ, ਆਹ ਕੁਲਥਮ ਵਾਲਾ ਸਟੋਰ ਵੀ ਹੈ, ਅਤੇ ਨਾਲ ਮਾਡਰਨ ਜਿਹਨਾਂ ਦਾ ਮੈਂ ਗੱਲ ਕਰਦੀ ਸੀ, ਇਹ ਕੋਸਮੈਟਿਕ ਸਟੋਰ ਹੈ ਕਿ ਇਹਨਾਂ ਦਾ, ਅਤੇ ਇੱਕ ਸ਼ੂ ਸਟੋਰ ਆ, ਸਕੈਚਰਸ ਵਗੈਰਾ ਮਿਲਦੇ ਇੱਥੇ। ਅਤੇ ਉਹ ਬਸ ਸਾਹਮਣੇ ਹੀ ਹੈ ਸਾਡਾ ਟਿੱਕੀ ਵਾਲਾ ਹੈਗਾ ਆ, ਹੁਣ ਪਤਾ ਨਹੀਂ ਉਹਦੇ ਕੋਲ ਟਿੱਕੀ ਹੋਊਗੀ ਕਿ ਨਹੀਂ। ਲੈਟਸ ਸੀ, ਪਹਿਲੇ ਅਸੀਂ ਕਾਰ ਪਾਰਕ ਕਰ ਲਈਏ, ਫਿਰ ਤੁਹਾਨੂੰ ਮਿਲਦੇ ਹਾਂ, ਮੈਨੂੰ 2 ਮਿੰਟ ਦਿਓ ਬਸ। ਜਿੱਦਾਂ ਮੈਂ ਦੱਸਿਆ ਸੀ ਬਹੁਤ ਫੇਮਸ ਹੈ, ਤਾਂ ਖਤਮ ਹੋ ਗਿਆ। ਹੁਣ ਫਿਰ ਕਿਸੇ ਦਿਨ ਤੁਹਾਨੂੰ ਜ਼ਰੂਰ ਲੈ ਕੇ ਆਊਂਗੀ। ਤਾਂ ਤਦ ਤੱਕ ਚਲੋ ਅਸੀਂ ਕੁਛ ਹੋਰ ਡਿਸਾਈਡ ਕਰ ਲਈਏ, ਪਹਿਲੇ ਪਲਾਨ ਕਰ ਲਈਏ ਹੁਣ ਕਿੱਥੇ ਜਾਣਾ ਹੈ, ਫਿਰ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦੀ ਹਾਂ। ਜਸਟ ਵੇਟ।
ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਤਾਂ ਉੱਥੇ ਤਾਂ ਫਿਨਿਸ਼ ਹੋ ਗਿਆ ਸੀ ਸਾਰਾ, ਉਹਨਾਂ ਨੇ ਡਨ ਕਰਤਾ ਸੀਗਾ। ਤੇ ਹੁਣ ਇੱਕ ਆਗਰਾ ਟਿੱਕੀ ਵਾਲੇ ਹੋ ਰਿਹਾ, ਉਹਨਾਂ ਦਾ ਵੀ ਸੇਮ ਟੇਸਟ ਆਈ ਗਿਆ। ਇਹ ਆ ਪਹਿਲਾਂ ਇਕੱਠੇ ਕੰਮ ਕਰਦੇ ਹੋਊਗੇ, ਕੁਛ ਹੈਗਾ ਇਹਨਾਂ ਦਾ ਟੇਸਟ ਸੇਮ ਹੀ ਆ। ਹੁਣ ਅਸੀਂ ਕਿਹਾ ਚਲੋ ਉੱਥੇ ਚੱਲ ਚੱਲਦੇ ਹਾਂ। ਹੁਣ ਅਸੀਂ ਉੱਥੇ ਟਰਾਈ ਕਰਨ ਚੱਲੇ ਹਾਂ ਤਾਂ ਅਸੀਂ ਹਰਗੋਬਿੰਦ ਨਗਰ ਤੋਂ ਕ੍ਰੋਸ ਕਰਕੇ ਉਹ ਲੋਕੇਸ਼ਨ ਹੋ ਰਿਹਾ। ਹੁਣ ਦੇਖਦੇ ਹਾਂ ਉੱਥੇ ਮਿਲਦੀ ਹੈ ਕਿ ਨਹੀਂ। ਅਤੇ ਆਹ ਵੀ ਸਾਡਾ ਜਿੱਦਾਂ ਚੌਪਾਟੀ ਜੰਕਸ਼ਨ ਹੈ, ਇੱਥੇ ਵੀ ਮੈਂ ਤੁਹਾਨੂੰ ਲੈ ਕੇ ਆਊਂਗੀ। ਇਹ ਤਾਂ ਮਤਲਬ ਪੂਰਾ ਫੂਡ ਜ਼ੋਨ ਆ, ਮਤਲਬ ਫੂਡੀ ਪਲੇਸ ਕਹਿ ਸਕਦੇ ਹੋ। ਇੱਥੇ ਤਾਂ ਜੋ ਮਰਜ਼ੀ ਖਾਣਾ ਮੈਂ ਤੁਹਾਨੂੰ ਬਾਹਰੋਂ ਦਿਖਾ ਦਿੰਦੀ ਹਾਂ। ਆਹ ਦੇਖ ਲਓ ਇੱਥੇ ਵੀ ਰੌਣਕਾਂ ਲੱਗੀਆਂ ਇਸ ਟਾਈਮ ਤੋਂ ਪੂਰੀਆਂ। ਪਰ ਹੁਣ ਅਸੀਂ ਟਿੱਕੀ ਦਾ ਕਹਿ ਕੇ ਆਏ ਸੀ ਤਾਂ ਅੱਜ ਤਾਂ ਟਿੱਕੀ ਉੱਦਾਂ ਦੀ ਖਾਣ ਨੂੰ ਮਨ ਕਰਦਾ। ਅਤੇ ਚਲੋ ਚੱਲ ਕੇ ਦੇਖਦੇ ਹਾਂ ਉੱਥੇ ਕਿ ਕਿੱਦਾਂ ਆ ਨਾ, ਲੋਕੇਸ਼ਨ ਖੁੱਲ੍ਹੀ ਹੈ ਕਿ ਉਹ ਵੀ ਕਲੋਜ਼ ਨਾ ਹੋ ਗਈ ਹੋਵੇ। ਬਸ ਹੁਣ ਥੋੜ੍ਹਾ ਹੀ ਟਾਈਮ ਲੱਗਣਾ ਐਕਚੁਲੀ ਨਾ, ਹੈਗਾ ਤਾਂ ਉਹਦੇ ਲੱਗ ਗਈ ਸੀ ਲੇਕਿਨ ਸਾਨੂੰ ਘੁੰਮ ਕੇ ਆਉਣਾ ਪਿਆ। ਬਿਕੋਜ਼ ਇਹ ਨਾ ਜਿਹੜੀ ਇਹ ਲੋਕੇਸ਼ਨ ਹੈ ਬਾਜ਼ਾਰ ਦੇ ਵਿੱਚ ਆ, ਉੱਥੇ ਸਾਨੂੰ ਗੱਡੀ ਪਾਰਕ ਕਰਨ ਲਈ ਵੀ ਪਹਿਲਾਂ ਦੇਖਣੀ ਪੈਣੀ ਹੈ ਜਗ੍ਹਾ, ਜਾਂ ਤਾਂ ਫਿਰ ਅਸੀਂ ਉਸ ਪਾਰਕਿੰਗ 'ਚ ਲਾ ਲੈਂਦੇ, ਲੇਕਿਨ ਉੱਥੇ ਵੀ ਸਾਨੂੰ ਤੁਰਨਾ ਪੈਣਾ ਸੀ। ਇਸ ਕਰਕੇ ਹੁਣ ਕਲੋਜ਼ ਤਾਂ ਹੋ ਹੀ ਗਈ ਹੈ ਮਾਰਕੀਟ, ਅਤੇ ਅਸੀਂ ਡਿਸਾਈਡ ਕੀਤਾ ਕਿ ਉੱਥੇ ਜਿੱਥੇ ਸਾਨੂੰ ਮਿਲੂਗੀ ਕੋਈ ਪਾਰਕਿੰਗ ਸਪੇਸ ਅਸੀਂ ਉੱਥੇ ਪਾਰਕ ਕਰ ਲਵਾਂਗੇ। ਅਤੇ ਹੁਣ ਬਸ ਜਾ ਹੀ ਰਹੇ ਹਾਂ ਅਸੀਂ, ਤਾਂ ਪਤਾ ਨਹੀਂ ਹੁਣ ਉਹ ਮਿਲੂਗੀ ਕਿ ਨਹੀਂ ਮਿਲੂਗੀ, ਦੇਖਦੇ ਹਾਂ। ਉੱਥੇ ਨਾ ਐਕਚੁਲੀ ਜਿੱਦਾਂ ਇਹ ਸਿਰਫ ਟਿੱਕੀ ਔਰ ਇੱਥੇ ਟਿੱਕੀ ਪਾਓ ਭਾਜੀ ਔਰ ਆਈ ਗੈਸ ਇੱਕ ਹੋਰ ਦਹੀਂ ਭੱਲੇ ਮਿਲਦੇ ਆ, ਪਰ ਜਿੱਥੇ ਹੁਣ ਅਸੀਂ ਚੱਲੇ ਹਾਂ ਉੱਥੇ ਉਹਨਾਂ ਨੇ ਸਭ ਕੁਛ ਰੱਖਿਆ। ਉਹਨਾਂ ਦੇ ਮੈਨਿਊ 'ਚ ਡੋਸਾ ਵੀ ਹੈ, ਮਤਲਬ ਹੋਰ ਵੀ ਚੀਜ਼ਾਂ ਆ, ਦਹੀਂ ਭੱਲੇ ਆ, ਰਾਜ ਕਚੌਰੀ, ਸਾਰਾ ਕੁਛ ਆ ਉਹਨਾਂ ਦੇ ਉੱਥੇ। ਤਾਂ ਉਹ ਤਾਂ ਅਸੀਂ ਟਰਾਈ ਕੀਤਾ, ਉਹਦਾ ਟੇਸਟ ਤਾਂ ਬਹੁਤ ਵਧੀਆ ਹੈ। ਅਤੇ ਪਰ ਹੁਣ ਜਾ ਕੇ ਦੇਖਦੇ ਹਾਂ ਹੁਣ ਅਸੀਂ ਨਾ ਔਡਰ ਕਰਕੇ, ਪਰ ਖੁੱਲ੍ਹਾ ਹੋਊਗਾ ਤਾਂ ਹੀ ਹੈ। ਹੁਣ ਐਕਚੁਲੀ ਅਸੀਂ ਲੇਟ ਬਹੁਤ ਹੋ ਗਈ ਸੀ ਘਰੋਂ ਨਿਕਲਣ ਲੱਗੇ ਵੀ, ਤਾਂ ਪਾਰਕਿੰਗ ਲਈ ਵੀ ਜਗ੍ਹਾ ਦੇਖਣੀ ਪੈਣੀ ਹੈ। ਇਸ ਬਾਜ਼ਾਰ 'ਚ ਨਾ ਐਕਚੁਲੀ ਰਸ਼ ਬਹੁਤ ਹੁੰਦਾ ਐਵਰੀ ਟਾਈਮ, ਲੇਕਿਨ ਹੁਣ ਥੋੜ੍ਹੀ ਹਨੇਰਾ ਹੋ ਗਿਆ ਤਾਂ ਤੁਹਾਨੂੰ ਪਤਾ ਸ਼ੋਪ ਕਲੋਜ਼ ਹੁੰਦੀਆਂ ਪਈਆਂ, ਇਸ ਕਰਕੇ ਘੱਟ ਆ, ਅਦਰਵਾਈਜ਼ ਤਾਂ ਇੱਥੇ ਤੋੜਨਾ ਵੀ ਔਖਾ ਹੋ ਜਾਂਦਾ। ਤੁਸੀਂ ਦੇਖ ਹੀ ਰਹੇ ਹੋਗੇ ਮੈਂ ਘੱਟ ਕਹਿ ਰਹੀ ਹਾਂ, ਲੇਕਿਨ ਤੁਹਾਨੂੰ ਫਿਰ ਵੀ ਲੱਗਦਾ ਹੋਣਾ ਕਿ ਰਸ਼ ਹੈ। ਬਸ ਹੁਣ ਦੇਖੀਏ ਖੁੱਲ੍ਹੀ ਹੋਵੇ ਉਹ, ਬਸ ਅਸੀਂ ਉਹਦਾ ਹੀ ਕਰਦੇ ਪਏ ਹਾਂ, ਨਹੀਂ ਤਾਂ ਫਿਰ ਸਾਨੂੰ ਕਿਤੇ ਹੋਰ ਜਾਣਾ ਪੈਣਾ। ਹੁਣ ਆਏ ਹਾਂ ਤਾਂ ਕੁਛ ਖਾ ਕੇ ਤਾਂ ਜਾਵਾਂਗੇ। ਖੁੱਲ੍ਹੀ ਹੈ ਉਹ, ਔਡਰ ਨੰਬਰ 1 ਦਹੀਂ ਭੱਲਾ ਸਦਾਰਤ ਆ ਗਿਆ, ਅਸੀਂ ਅਜੇ ਵੇਟ ਕਰਦੇ ਹਾਂ, ਦੇਖਿਆ ਹੀ ਹੋਣਾ, ਦੇਖਣ 'ਚ ਬਹੁਤ ਟੇਸਟੀ ਲੱਗਦਾ ਹੈ। ਅਰੇ ਖਾ ਕੇ ਬਤਾਓ ਕਿਸਾ ਲੱਗਾ ਆਪਣਾ। ਖਾ ਲਓ ਖਾ ਲਓ, ਇਹ ਵੀ ਬਹੁਤ ਫੇਮਸ ਸ਼ੌਪ ਹੈ ਆਗਰਾ ਚਾਟ ਭੰਡਾਰ ਫਗਵਾੜੇ, ਤੁਸੀਂ ਇੱਥੇ ਵੀ ਪਲੀਜ਼ ਜ਼ਰੂਰ ਟਰਾਈ ਕਰੋ। ਅਰੇ ਕਿਸਾ ਲੱਗਾ, ਮਿਰਚੀ ਤਾਂ ਨਹੀਂ ਅੱਛਾ ਬਣਿਆ ਨਾ, ਸਾਡੇ ਗੁਆਲ ਵੀ ਵਧੀਆ, ਨਹੀਂ ਤਾਂ ਅਰਬ ਤੋਂ ਪ੍ਰਾਈਸ ਤੋਂ ਇਲਾਵਾ ਕੁਛ ਖਾਂਦੇ।
सच्ची बहुत स्वाद है, नहीं तो मोस्टली मैं दही पहले नहीं खाती होती बिकॉज मैंने बहुत मीठे मीठे लग रहा है, मैंने तो लग रहा कि मेरा मुंह मीठा हो रहा था, पर सच्ची ये बहुत स्पाइसी और मतलब सॉल्टी और एकदम बढ़िया है, भी जरूर ट्राई करो। और अब आगे ने सोचा है कि यार कोक नहीं मिलनी, एक्चुअली नहीं ना मैं कि कोल्ड ड्रिंक ना पी, उन्होंने ऑर्डर अपना चेंज कर लिया, बर्गर डालो फिर मैं कोल्ड ड्रिंक तो पी नहीं पी, हूँ असं वह ऑर्डर दूंगा, असं टिक्की का वेट करते हैं क्योंकि इतने रश बहुत चलना ना, तो उन्होंने सारे ऑर्डर देने पड़ने, इस करके थोड़ा टाइम लग जाऊंगा, तो चलो फिर मिलते हैं अपनी टिक्की। ऑर्डर भी आ गया यार, ऑर्डर नंबर 2A2B2C, तुसी कहते होने कि ABC क्यों बोल दिया, बिकॉज सेम ऑर्डर है पर 3 तो होया नहीं, तो 2D सीरीज आ गई है, उन्होंने एक किसी और ऑर्डर किया है, तब तक असं मैं यदा टेस्ट करके तुम्हें ऊपर बिल्कुल ऑनियन के पीसिस कट के स्पाइसिस पा के सच्ची मीठ पानी आ गया, गरम गरम है बारिश के मौसम सेम टेस्ट है, बिल्कुल सेम टेस्ट है, मे बी एक अद्धे परसेंट का फर्क हो तो मैं कह नहीं सकती, अदरवाइज बिल्कुल सेम टेस्ट है। आज मौसम वधिया सी, घर बैठे टिक्की खान का मन हो गया, ताही असं आ गए टिक्की खान, क्योंकि बारिश के मौसम से प्राइस वधिया लगा होंगे, कई मेरे वर्गे बथेरे हैं खान पीन के शौकीन, ट्राई करने को जरूर आ गए। कि शायद सारा दिन खाते रहते हैं, पर मैं तुम्हें एक गल दसा, अपनी ही सारे ब्लॉगर्स की भी, क्योंकि जो भी कोई ब्लॉग पाता है ना 24 आवर्स सिर्फ 15 मिनट्स होंगे, मैं पूरा दिन तो अपने नहीं साझा करती ना, बस 10-15 मिनट फल करती है, पर कई लोग ना वो उधर जज कर ला पैदे हैं कि फुल डे शायद ये अकॉर्डिंग ही चल रहा है, तो प्लीज़ ब्लॉगर्स ऐसा ना करो कि उन्होंने वो फुल डे नहीं दिखा दे, बस कुछ चंद पल तक के ना इंजॉय करो, तो चिल्ला डोसा लगता ऑर्डर नंबर 3 भी सा आ गया है जोड़ा पनीर चिल्ला, तो तुम देखा ही होना मतलब डोसे की तरह ही होना, लेकिन शायद दाल का होना, वो भी दाल भी थोड़ा जहाँ पनीर डोसा भी मिल जाता है, लेकिन पनीर चिल्ले थोड़ा जहाँ डिफरेंस है, तो करके पनीर चिल्ला ऑर्डर किया। मेरी एक्चुअली जी स्टफिंग होंगी पनीर की होंगी, सॉरी फुल लोडेड पनीर है, फुल लोडेड, और प्राइस भी ज़्यादा नहीं है, सिर्फ 50 रुपीज़, तो मैं ज़्यादा 50 रुपीज़ का असं एवं ही खर्च लेंगे, जिदा चिप्स तो ही खर्च लेंगे, तो 50 रुपीज़ से इन्ना वजिया पनीर वाला चिल्ला देंगे, तो सची तुम प्लीज़ आके इतना टेस्ट करो, तो मैं हम अपनी टिक्की कर रहा हूँ।
हाँ सीधा आगरा चाट पंडा आ रहे ना, कॉन्टैक्ट नंबर भी मैं तुम दे दूँगी। मैंने पता नहीं है डिलीवरी कर दे कि नहीं, क्योंकि मैं पूछा भी नहीं है, क्योंकि एक्चुअली बहुत रश थी का मैं लगा मैं एम एच डिस्टर्ब करूँगी। कॉन्टैक्ट नंबर मैं तुम्हें दे दूँगी, तुम पूछ सकते कई बार एड्रेस से प्रॉब्लम होती होता तो मैं तुम सारा समझ आता है। तो स्टैंडर्ड बेकरी के बिल्कुल अपोजिट पैदा है, हम स्टैंडर्ड बेकरी में मर्जा चल रही है, क्योंकि थोड़ी सी शॉपिंग करनी थी, देखिए याद आया न्यूट्रेला वगैरह लेना चल रही है। चलो स्टैंडर्ड बेकरी आया साड़ी स्टैंडर्ड बेकरी, असी मोस्टली इतने आई दा ते ए बहुत फेमस बेकरी है, ते एकदम सब कुछ सानू मिल जाता है, एवरीथिंग इन वन प्लेस। शॉप दी के अपनी ब्रेड भी बेक कर रहे हैं, मैं तुम्हें दिखा देनी हूँ शॉप दे जिधर जो जो बिस्किट्स वगैरह सब कुछ बहुत क्रंची होंगे है। इतों ही असी रेगुलर शॉपिंग तो इतों ही करी दी है, तो तुम देख लो जिदा देख लो पेस्ट्रीज लगी है, डाइनिंग भी कर सकते हो देख रही है। देख लो इंडिया के केक, आई नो मेरे ब्लॉग कुछ देखते हैं लोग जिन्होंने इंडिया के केक बहुत पसंद है, मैं नाम नहीं लूँगी, उन्होंने पता लग जाना मैं किन की गल कर रही हूँ। भैन देख लो इंडिया के केक, ली बेकर आई नो तुहाडा फेवरेट है, पर इन्हों भी बहुत वधिया होंगे, जो आऊँगे ना उन्हें ही खिलावेंगे। चलो हूँ असं चलिए, लेट काफ़ी हो गया, अरब चलो बेटा चलो चलो, क्योंकि मैं इतनी की ब्रेड प्रेफर कर रही हाँ आप बेक कर दे, और एना और दूजी ब्रेड्स तो टाइम भी ज़्यादा होंगे, ज़्यादा टाइम भी लगता है। चलो चलो बेटा स्टैंडर्ड बेकरी हूँ आरंभ में, तो डोनट तो मिलता से मैं आप ही नहीं लेके दिता, क्योंकि इन्हें खान लग जाना जो कहूँगा भी इन्हें ऑलरेडी बहुत मिठा खा चुका है आज। तो चलो आई होप तुम्हें वधिया लगी होगी बेकरी, लो जी असी घर च हो गए हैं पैक, हूँ असी न्यूट्रेला लेना से असी ले लिया आ, हूँ घर जाके मिलते हैं, शॉप्स भी ऑलमोस्ट सारिया बंद हो गई हैं, तो घर जाके इस ब्लॉग का एंड कर देने हैं। लो जी असी पहुँच गए हैं घर, तो शॉपिंग करो मैं बाकी, तो चल न्यूट्रेला तो सानू कि भी मिल जाता किसी भी स्टोर तो, नो इशू। पर जड़ी चीज़ मैं तुम दसदी सी स्टैंडर्ड बेकरी दी, आ देख लो स्टैंडर्ड बेकरी ब्रेड, मतलब ये तुम कितने होरों नहीं मिलनी, मतलब और इन्हों की हर एक बना दे, गार्लिक ब्रेड हो गई, ऑरगेनो ब्रेड हो गई, ब्राउन ब्रेड हो गई, क्योंकि ये ना आप बेक करते हैं, जिदा आप दूजी मार्केट तो ब्रेड लैने लाइफ टाइम जोड़ा है थोड़ा घट हों, सिक्स डेज लाइफ टाइम आ, सिक्स डेज से फ्रैश ही रहती है, तो तुम उत्थे भी आ बाय कर सकते हो। तो हम मैं अपने ब्लॉग का एंड करूँगी, असी तुहानू टिक्की खवाई खाधी मैं बेशक आप, लेकिन तुहानू टूर से तो लैके गई, तो तुहानू अगर मेरा ब्लॉग वधिया लग्या होए, तुहानू अगर लगता कि मैं तुहानू पॉजिटिव वाइब दे रही हाँ, तो प्लीज़ मैनू शेयर सबसक्राइब लाइक जरूर करो। थोड़ी तिशम फ्रॉम तिशम ब्लॉग्स, बाय बाय, गुड नाइट।